जयकारा लालां वाले पीर दा, बोल सच्चे दरबार की जय। मोपा रामा दोनों की चौंकी तो बाद प्यारी साह संगत जी, अगली चौंकी हेरा दी आ। ये चौंकी भी बड़ी इंटरेस्टिंग चौंकी आ, ते आओ आपां इस चौंकी के इतिहास बारे जानिए ते लालां वाले पीर की चौंकी के दर्शन करिए। हेरा चौंकी विच टार दुआ करन ते लालां वाले पीर दी गद्दी लगाण तो बाद गढ़शंकर वाले बाबा जी हेरा दे लागे एक पेंडा कंग राय साहब, जिथे हर साल गढ़शंकर वाले बाबा जी लंगर का मत्था टकाउण जांदे आ अपनी संगतां दे नाल, ते लालां वाले पीर दा एक निशान नाल लैके जांदे आ, ते उत्थे दरबार ते मत्था टेकिया जांदा लंगर दा। आओ आपां वी चलीए। 1947 तो पहलां भी इसे तरह ही गढ़शंकर वाले बाबा जी इत्थे कंग राय साहब दरबार ते मत्था टकाउण आउंदे आ, ते 47 तो बाद भी गढ़शंकर वाले बाबा जी जो कि मौजूदा गदिनशी बाबा रिछपाल जी हर साल इत्थे लंगर दा मत्था टकाउण आउंदे आ। कंग राय साहब चौंकी हेरां दी हुंदी आ ते लंगर कंगां दा हुंदा आ, सदियां तो ये इसे तरह ही चलता आ रहा है। ये उही दरबार आ साध संगत जी कंग राय साहब विच, जिथे सदियां तो लंगर लगता आ रहा, तो सारा नगर इकट्ठा हो के लालां वाले पीर के नाँ ते इत्थे लंगर लाउंदा है, तो इस लंगर का मत्था गढ़शंकर वाले बाबा जी हर साल टिकाउण आउंदे आ, ते संगतां दा इत्थे भी काफ़ी इकट्ठ जोड़ हुंदा है, तो लालां वाले पीर नूं याद किया जाता है। लालां वाले पीर का यह दरबार भी सदियां पुराना दरबार आ, ते सारा नगर इकट्ठा हो के इसे दरबार ते लंगर लाउंदा है, ते दूरों दूरों संगत आ के इस दरबार के दर्शन करदियां हन, इत्थे मत्था टेकदियां हन, ते अपनी हर तरह की आस मुराद पूरी करांदियां हन। हुण गढ़शंकर वाले बाबा जी दरबार ते आ रहे आ लंगर का मत्था टकाने लई, ते आओ आपां भी बाबा जी दे नाल मत्था टेकीए ते लालां वाले पीर दीआं खुशियां प्राप्त करिए। कंग राय साहब नगर का एक आदमी ते गढ़शंकर वाले बाबा जी दरबार के अंदर बह के हर साल इस तरह इस लंगर का मत्था टकाउंदे आ, ते बाद विच ये लंगर संगता विच तकसीम किया जाता। ਮਿਹਰਬਾਨੀ ਕਰੀ ਗੁਰੂ ਮਹਾਰਾਜ ਪਹਿਰਾ ਰੱਖੀ ਲੱਖਾਂ ਦਾ ਦਾਤਿਆ ਬਾਬਾ ਗੁਰਦੇਵ ਚੰਦ ਜੀ ਪਾਤਸ਼ਾਹ ਗੁਰੂ ਮਾਤਾ ਪਹਿਰਾ ਰੱਖੀ ਲਾਲਾ ਵਾਲਾ ਪੀਰਾ ਨਾਮ ਦੀ ਸ਼ਰਨ ਪਾਈ ਬੜੇ ਪਾਰ ਕਰੀ ਆਸਾ ਮੁਰਾਦਾ ਪੂਰੀਆਂ ਕਰੀ ਲੱਖਾਂ ਦਾ ਦਾਤਿਆ ਬੱਚਿਆਂ ਦੀ ਨੰਨੇ ਨੰਨੇ ਬੱਚਿਆਂ ਦੀ ਤੰਦਰੁਸਤੀ ਰੱਖੀ ਸਖੀ ਸਾਹਿਬ ਔਰ ਪੀਰ ਪਾਤਸ਼ਾਹ ਪਹਿਰਾ ਰੱਖੀ ਆਮ ਸੰਗ ਨੇ ਰੱਖੀ ਸਲਾਮ ਕੀ ਮੇਰੀ ਫਰਿਆਦ ਤਿਲ ਗਏ ਤ੍ਰਿਸ ਕਰ ਗਏ ਟੋਕਦਾ ਪਲਾ ਕਰੇ ਸਭ ਦੀ ਆਸ ਮੁਰਾ ਪੂਰੀ ਆਸ। ਕੰਗ ਰਾਏ ਸਾਹਿਬ ਦਰਬਾਰ ਉੱਤੇ ਵੀ ਸੰਗਤਾਂ ਦਾ ਬਹੁਤ ਜ਼ਿਆਦਾ ਰਸ਼ ਪੈ ਜਾਂਦਾ, ਅਤੇ ਦੂਰੋਂ ਦੂਰੋਂ ਆ ਕੇ ਸੰਗਤਾਂ ਇੱਥੇ ਲਾਲਾ ਵਾਲੇ ਪੀਰ ਦੇ ਚਿਰਾਗ ਜਗਾਉਂਦੀਆਂ ਹਨ, ਲਾਲਾ ਵਾਲੇ ਪੀਰ ਨੂੰ ਸਲਾਮ ਕਰਦੀਆਂ ਹਨ, ਅਤੇ ਲੱਖ ਦਾਤੇ ਪੀਰ ਤੋਂ ਆਪਣੀਆਂ ਸੁੱਖਾਂ ਪੂਰੀਆਂ ਕਰਵਾਉਂਦੀਆਂ ਹਨ। ਹਰ ਸਾਲ ਇਸੇ ਤਰ੍ਹਾਂ ਇਸ ਚੌਂਕੀ 'ਤੇ ਰਸ਼ ਪੈ ਜਾਂਦਾ ਲਾਲਾ ਵਾਲੇ ਪੀਰ ਦੇ ਨਾਂ 'ਤੇ, ਅਤੇ ਹਰ ਸਾਲ ਇਸੇ ਤਰ੍ਹਾਂ ਗੜ੍ਹਸ਼ੰਕਰ ਵਾਲੇ ਬਾਬਾ ਜੀ
ਵੀ ਇਸ ਦਰਬਾਰ 'ਤੇ ਮੱਥਾ ਟਿਕਾਉਣ ਆਉਂਦੇ ਆ। ਲੰਗਰ ਦਾ ਮੱਥਾ ਟਿਕਾਉਣ ਤੋਂ ਬਾਅਦ ਇਹ ਲੰਗਰ ਸੰਗਤਾਂ ਵਿੱਚ ਤਕਸੀਮ ਕੀਤਾ ਜਾਂਦਾ ਅਤੇ ਗੜਸ਼ੰਕਰ ਵਾਲੇ ਬਾਬਾ ਜੀ ਵੀ ਲੰਗਰ ਛੱਕ ਕੇ ਆਪਣੀਆਂ ਸੰਗਤਾਂ ਦੇ ਨਾਲ ਹੀਰਾਂ ਚੌਂਕੀ ਵਿੱਚ ਵਾਪਸ ਆ ਜਾਂਦੇ ਹਨ। ਹੀਰਾਂ ਚੌਂਕੀ ਵਿੱਚ ਆ ਕੇ ਗੜਸ਼ੰਕਰ ਵਾਲੇ ਬਾਬਾ ਜੀ ਵੱਲੋਂ ਲਾਲਾਂ ਵਾਲੇ ਪੀਰ ਦੇ ਨਾਂ 'ਤੇ ਸੰਗਤਾਂ ਨੂੰ ਲੰਗਰ ਛਕਾਇਆ ਜਾਂਦਾ। ਸੰਗਤਾਂ ਨੂੰ ਲੰਗਰ ਛਕਾਉਣ ਤੋਂ ਬਾਅਦ ਸ਼ਾਮ ਦੇ ਵਕਤ ਚਿਰਾਗਾਂ ਤੋਂ ਪਹਿਲਾਂ ਪ੍ਰਸ਼ਾਦ ਦਾ ਮੱਥਾ ਟੇਕਣ ਤੋਂ ਪਹਿਲਾਂ ਲਾਲਾ ਵਾਲੇ ਪੀਰ ਦੇ ਨਾਂ 'ਤੇ ਨੌਬਤਾਂ ਕੀਤੀਆਂ ਜਾਂਦੀਆਂ ਅਤੇ ਆਓ ਆਪਾਂ ਲਾਲਾ ਵਾਲੇ ਪੀਰ ਦੇ ਨਾਂ 'ਤੇ ਨੌਬਤਾਂ ਕਰੀਏ ਹੀਰਾਂ ਦੀ ਚੌਂਕੀ ਵਿੱਚ। ਹੀਰਾ ਚੌਂਕੀ ਵਿੱਚ ਨੌਬਤਾਂ ਕਰਾਉਣ ਤੋਂ ਬਾਅਦ ਲਾਲਾਂ ਵਾਲੇ ਪੀਰ ਦੇ ਨਾਂ 'ਤੇ ਪ੍ਰਸ਼ਾਦ ਦਾ ਮੱਥਾ ਟੇਕਿਆ ਜਾਂਦਾ ਸਾਰੀ ਸੰਗਤ ਵੱਲੋਂ ਗੜਸ਼ੰਕਰ ਵਾਲੇ ਬਾਬਾ ਜੀ ਵੱਲੋਂ ਅਤੇ ਆਓ ਆਪਾਂ ਗੜਸ਼ੰਕਰ ਵਾਲੇ ਬਾਬਾ ਜੀ ਦੇ ਨਾਲ ਲਾਲਾਂ ਵਾਲੇ ਪੀਰ ਦਾ ਮੱਥਾ ਟੇਕੀਏ। ਪ੍ਰਸ਼ਾਦ ਦਾ ਮੱਥਾ ਟੇਕਣ ਦੇ ਟਾਰ ਦਵਾ ਕਰਾਉਣ ਤੋਂ ਬਾਅਦ ਪ੍ਰਸ਼ਾਦ ਸੰਗਤਾਂ ਵਿੱਚ ਤਕਸੀਮ ਕੀਤਾ ਗਿਆ ਅਤੇ ਗੜਸ਼ੰਕਰ ਵਾਲੇ ਬਾਬਾ ਜੀ ਸੰਗਤਾਂ ਦੀ ਸੇਵਾ ਕਰਦੇ ਹੋਏ ਇਸ ਚੌਂਕੀ ਵਿੱਚ ਰਾਤ ਰਹਿ ਕੇ ਅਗਲੀ ਚੌਂਕੀ ਖਾਨਪੁਰ ਢੱਡਾਂ ਲਈ ਅਗਲੀ ਸਵੇਰ ਨੂੰ ਰਵਾਨਾ ਹੋ ਜਾਂਦੇ ਹਨ ਅਤੇ ਅਗਲੀ ਵੀਡੀਓ ਵਿੱਚ ਆਪਾਂ ਦੇਖਾਂਗੇ ਖਾਨਪੁਰ ਢੱਡਾਂ ਦੀ ਚੌਂਕੀ ਕਿੱਥੇ ਲੱਗਦੀ ਹੈ ਅਤੇ ਇਸ ਚੌਂਕੀ ਬਾਰੇ ਆਪਾਂ ਜਾਣਾਂਗੇ। ਲਾਲਾਂ ਵਾਲੇ ਪੀਰ ਨੇ ਕੀ ਕਰਮ ਕੀਤੇ ਹਨ ਇਸ ਚੌਂਕੀ ਵਿੱਚ ਉਹ ਆਪਾਂ ਜਾਣਾਂਗੇ। ਜੈਕਾਰਾ ਲਾਲਾਂ ਵਾਲੇ ਪੀਰ ਦਾ, ਬੋਲ ਸੱਚੇ ਦਰਬਾਰ ਕੀ ਜੈ।